ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕਾਫੀ ਸਾਰੇ ਕਾਲਰਸ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੀ ਪ੍ਰਤੀਕਰਮ ਅੱਜ ਜਾਣ ਲੈਂਦੇ ਆਪਾਂ ਕਿ ਕੀ ਕੁਝ ਕਹਿਣਾ ਚਾਹੁੰਦੇ ਆ ਸਾਡੇ ਅੱਜ ਪ੍ਰੋਗਰਾਮ ਮੁੱਦੇ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਈ ਜੀ, ਅਸੀਂ ਇਟਲੀ ਤੋਂ ਬੋਲਦੇ ਹਾਂ ਭਾਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਅੱਜ ਸੁਖਬੀਰ ਬਾਦਲ ਜੀ ਦੀ ਇੰਟਰਵਿਊ ਚੱਲ ਰਹੀ ਸੀ, ਉਹ ਕਾਫੀ ਪੱਤਾ ਇਕੱਠਾ ਕਰੀ ਫਿਰਦੇ ਸੀ, ਮਾੜ ਪੱਤਾ ਫੋਟੋਆਂ ਦਿਖਾ ਰਹੇ ਸੀਗੇ ਵੀ ਇਹਨਾਂ ਦੀ ਕਾਲ ਖਹਿਰਾ ਸਾਹਿਬ ਦੀ ਸਾਰਿਆਂ ਦੀ ਦਿਖਾ ਰਹੇ ਸੀ। ਜੀ 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 ਜੀ, ਇੰਨਾ ਕੁਛ ਉਹਨਾਂ ਨੇ ਕਾਲਾਂ ਦੀਆਂ ਡਿਟੇਲਾਂ ਦਿਖਾਈਆਂ, ਫਿਰ ਰਿਪੋਰਟ ਕਿਹੜੀ ਬਾਗ ਦੀ ਮੁੱਲੀ ਰਹਿ ਗਈ ਵੀ ਜੇ ਇੰਨਾ ਕੁਛ ਅੱਜੋ ਕੱਢ ਕੇ ਦਿਖਾ ਸਕਦੇ ਸੀ, ਰਿਪੋਰਟ ਐਡੀ ਬੜੀ ਗੱਲ ਨਹੀਂ ਸੀ ਜਿੰਨਾ ਉਹਨਾਂ ਨੇ ਅੱਜ ਕੁਛ ਦਿਖਾਇਆ। ਜੀ, ਇਹ ਸਾਰੀ ਰਾਜਨੀਤੀ ਖੇਡ ਰਹੇ ਆ, ਇਹਦੇ ਵਿੱਚ ਕੁਛ ਨਹੀਂ ਹੋਣਾ ਹੈਗਾ ਜੀ। ਬਾਕੀ ਆ ਭਾਈ ਸਾਹਿਬ ਜੀ ਹੁਣ ਆਪਣੇ ਬੋਧ ਕੇ ਗਏ ਸਤਿਕਾਰ ਜੋ ਜਿਹਨਾਂ ਨਾਲ ਤੁਸੀਂ ਪਹਿਲਾਂ ਗੱਲ ਕੀਤੀ ਆ। ਜੀ ਜੀ, ਉਹ ਕਹਿੰਦੇ ਜੀ ਬਾਰਡਰਾਂ ਦੇ ਉਹਨੇ 10 ਸਾਲ ਸਰਕਾਰ ਰਹੀ, ਉਸ ਵੇਲੇ ਉਹਨਾਂ ਕਿੱਥੇ ਦੀ ਹਲੇ ਕਾਂਗਰਸ 2 ਸਾਲ ਹੋਈ 2.5 ਸਾਲ ਸਭ ਰਲੇ ਮਲੇ ਆ ਜੀ ਇਹ। ਜੀ 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 ਜੀ, ਹਾਂਜੀ। ਬਾਕੀ ਸੁਖਬੀਰ ਬਾਦਲ ਨੇ ਤਾਂ ਦਿਖਾਈ ਦਿੱਤਾ ਸਭ ਕੁਛ, ਡਿਟੇਲਾਂ ਦੱਸ ਰਿਹਾ, ਦਾਦੂ ਵਾਲਾ ਇੱਥੇ ਮਿਲਿਆ, ਰਣਜੀਤ ਕਮਿਸ਼ਨ ਇੱਥੇ ਖਹਿਰਾ ਦਾ। ਰਿਪੋਰਟ ਬਾਰੇ ਤਾਂ ਉਹਨਾਂ ਨੇ ਇੰਨੇ ਚਿਰ ਰਿਹਾ ਕੋਈ ਕੁਛ ਵੀ ਨਹੀਂ ਕਰ, ਗੱਲ ਸੀ ਐਡੀ ਬੜੀ ਜੇ ਕਰਨੀ ਹੁੰਦੀ ਉਹਨਾਂ ਨੇ। ਜੀ 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 ਜੀ, ਹਾਂਜੀ ਭਾਈ ਸਾਹਿਬ ਜੀ, ਇੰਨਾ ਕੁਛ ਕਹਿਣਾ ਚਾਹੁੰਦੇ ਸੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ। ਹੋਰ ਵੀ ਕਾਲਰ ਸਾਡੇ ਨਾਲ ਨੇ, ਉਹਨਾਂ ਦੇ ਵੀ ਪ੍ਰਤੀਕਰਮ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਆਪਾਂ ਲਾਈਵ ਆ ਜੀ। ਜੀ ਤੁਸੀਂ ਲਾਈਵ ਹੋ ਜੀ। ਹਾਂਜੀ, ਮੈਂ ਤਾਂ 2 ਗੱਲਾਂ ਹੀ ਕਰਦਾ ਹੁੰਦਾ, 2 ਹੀ ਕਰਨੀਆਂ ਜੀ। ਜੀ 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 ਜੀ, ਕੋਈ ਸਰਕਾਰਾਂ ਦਾ ਕਸੂਰ ਨਹੀਂਗਾ, ਲੋਕਾਂ ਦਾ ਕਸੂਰ ਆ ਜੀ। ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ, ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ, ਮੈਂ ਨਹੀਂ ਕਹਿੰਦਾ ਆਪ ਨੂੰ ਜ਼ਰੂਰ ਰੱਖੋ। ਲੋਕਾਂ ਨੂੰ ਚਾਂਸ ਮਿਲਿਆ ਸੀਗਾ, ਉਹਨਾਂ ਨੇ ਹੱਥੋਂ ਗਵਾ ਲਿਆ ਜੀ। ਪਰਦੇਸੀਆਂ ਨੇ ਪੈਸਾ ਤਾਂ ਬਹੁਤ ਭੇਜਿਆ ਸੀ ਉਹਨਾਂ ਨੂੰ, ਆਪ ਵਾਲਿਆਂ ਨੂੰ, ਪਰ ਪਰਦੇਸੀਆਂ ਦੀ ਵੋਟ ਨਹੀਂ ਕੋਈ ਪੈ ਸਕੀ ਉੱਥੇ ਜੀ। ਉਹ ਉਸੇ ਬੱਲੇ ਬੱਲੇ ਚ ਰਹਿ ਗਏ, ਜਾਂ ਤਾਂ ਲੋਕੀ ਕਮਲੇ ਆ, ਕਦੀ ਕਾਂਗਰਸ ਆਉਂਦੀ ਆ, ਕਦੀ ਅਕਾਲੀ ਆਉਂਦੇ ਆ, 2 ਹੀ ਪਾਰਟੀਆਂ ਆਉਂਦੀਆਂ। ਲੋਕਾਂ ਨੂੰ ਵਰਤ ਕੇ ਤੇ ਇਹ ਆਪੇ ਦੂਸਰੀ ਪਾਰਟੀ ਆ ਜਾਂਦੀ ਆ ਜੀ। ਇੱਥੇ ਲੋਕੀ ਜਦੋਂ ਆਪਣੇ ਕੋਈ ਮਿਨਿਸਟਰ ਆਉਂਦਾ ਉਹਨੂੰ ਫੜ ਲੈਂਦੇ, ਰੋ ਕੇ ਉਹਨੂੰ ਪੁੱਛਦੇ ਆ, ਉੱਥੇ ਕੋਈ ਪੁੱਛਦਾ ਹੀ ਨੀਗਾ ਜੀ। ਆਪਣੇ ਲੋਕਲ MLA ਨੂੰ ਨਹੀਂ ਪੁੱਛਦਾ, MP ਦੀ ਤਾਂ ਦੂਰ ਦੀ ਗੱਲ ਆ ਜੀ ਜੀ ਜੀ। ਕਿੰਨਾ ਬੁਰਾ ਹਾਲ ਆ ਉੱਥੇ, ਬੱਲੇ ਰੋਲੀ ਪਾਈ ਜਾਂਦੇ ਆ, ਚਿੱਟੇ ਦੀ ਰੋਲੀ ਪਾਈ ਜਾਂਦੇ ਆ, ਹੋਰ ਰੋਲੀ ਪਾਈ ਜਾਂਦੇ ਆ, ਪਰ ਕਰਦੇ ਕੁਛ ਨੀ। ਲੋਕਾਂ ਨੂੰ ਵੀ ਕਰਨਾ ਚਾਹੀਦਾ, ਜਿੰਨਾ ਆਪਾਂ ਪਰਦੇਸੀ ਉੱਥੇ ਲਈ ਰੋਂਦੇ ਆ, ਉਹ ਤਾਂ ਰੋਂਦੇ ਹੀ ਨੀ ਜੀ। ਆਪਾਂ ਕਹਿੰਦੇ ਚਿੱਟਾ ਬਹੁਤ ਆ, ਉੱਥੇ ਤਾਂ ਲੋਕੀ ਬੜੇ ਸੋਹਣੇ ਤੁਰੇ ਫਿਰਦੇ ਆ, ਚਿੱਟਾ ਵੇਚੀ ਵੀ ਜਾਂਦੇ ਜੀ ਜੀ ਜੀ। ਜਿੰਨਾ ਚਿਕਰ ਲੋਕੀ ਨੀ ਭਾਜੀ ਸਮਝਦੇ ਕੁਛ ਨੀ ਉੱਥੇ ਹੋਣਾ, ਚਾਹੇ ਕਾਂਗਰਸ ਆ ਜਾਵੇ, ਅਕਾਲੀ ਆ ਜਾਵੇ, ਭਾਜਪਾ ਆ ਜਾਵੇ, ਆਪ ਵਾਲੇ ਆ ਜਾਣ, ਕੁਛ ਨੀ ਹੋਣਾ ਉੱਥੇ। ਲੋਕਾਂ ਨੂੰ ਸਮਝਾਉਣ ਦੀ ਲੋੜ ਆ, ਇਹ ਹੁਣ ਆਪਾਂ ਨੂੰ, ਮੈਨੂੰ ਤਾਂ ਪਤਾ ਨੀ ਕਿੱਦਾਂ ਲੋਕਾਂ ਨੂੰ ਸਮਝਾਇਆ ਜਾਵੇ ਜੀ 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 ਜੀ। ਲੋਕੀ ਹੁਣ ਪੜ੍ਹੇ ਲਿਖੇ ਆ, ਜਿਹੜੇ ਪੜ੍ਹੇ ਲਿਖੇ ਤਾਂ ਬਾਹਰ ਆਈ ਜਾਂਦੇ, ਜੰਗਵਾਨ ਕੋਈ ਮੁੰਡਾ ਆ ਜਾਂ ਕੁੜੀ ਆ ਜੀ, ਜਿਹੜੇ ਉੱਥੇ ਆ ਉਹਨਾਂ ਨੂੰ ਵੀ ਥੋੜਾ ਪਤਾ, ਚੰਗੇ ਮਾੜੇ ਦਾ ਤਾਂ ਪਤਾ ਹੋਣਾ ਚਾਹੀਦਾ ਹੀ ਆ ਜੀ 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 ਜੀ। ਥਾਂ ਸਾਫ਼ ਕਰਕੇ ਬਹਿੰਦਾ ਆਪਣੇ ਤੇ ਜੀ ਜੀ। ਵਿਕਲਪ ਨਹੀਂ ਹੈਗਾ ਉਹਨਾਂ ਦੇ ਕੋਲ, ਸ਼੍ਰੋਮਣੀ ਅਕਾਲੀ ਦਲ ਅੱਗੇ ਤੇ ਕਾਂਗਰਸ ਹੈ ਦੂਜੇ ਪਾਸੇ, ਤਾਂ ਵਿਕਲਪ ਨਜ਼ਰ ਨਹੀਂ ਆ ਰਿਹਾ। ਬਿਲਕੁਲ ਸਹੀ ਗੱਲ ਹੈ, ਕਾਮਰੇਡ ਹੁੰਦੇ ਸੀ, ਕਾਮਰੇਡ ਰੋਲੀ ਪਾ ਕੇ ਡਰਾਮੇ ਡਰੂਮੇ ਕਰਕੇ ਲੋਕੀ ਉਹਨਾਂ ਦੇ ਡਰਾਮੇ ਦੇਖ ਲੈਂਦੇ ਸੀਗੇ, ਵੋਟ ਉਹਨਾਂ ਨੂੰ ਪਾਉਂਦੇ ਨਹੀਂ ਸੀਗੇ। ਮੈਂ ਕੋਈ ਕਾਮਰੇਡਾਂ ਦਾ ਹਮੇਤੀ ਨੀਗਾ, ਪਰ ਮੈਂ ਦੇਖਿਆ ਏਦਾਂ ਹੁੰਦੀ, ਏਦਾਂ ਹੀ ਭਗਵੰਤ ਮਾਨ ਦੇ ਉਹ ਚੁਟਕਲੇ ਸੁਣਦੇ ਰਹਿ ਗਏ, 1000 ਵੋਟ ਨੀ ਨਿਕਲਦੀ ਸੀ ਉਹਦੇ ਬੰਦੇ, ਸ਼ਾਹਕੋਟ 1200 ਬੰਦੇ, ਕਾਰ ਦੀ ਰੈਲੀ ਹੋਈ, ਵੋਟ ਨਿਕਲੀ 1200 ਤੋਂ ਵੀ ਘੱਟ। ਉੱਥੇ ਘੱਟੋ ਘੱਟ ਨੀ ਤਾਂ ਇੱਕ ਡਰਾਈਵਰ ਦੀ, ਇੱਕ ਡਰਾਈਵਰ ਦੀ ਵਾਈਫ ਦੀ ਜਾਂ ਮਾਂ ਦੀ ਪੇ ਦੀ ਤਾਂ ਇੱਕ ਵੋਟ ਨਿਕਲੇ, ਤਾਂ ਵੀ 2500 ਵੋਟ ਬਣ ਜਾਣੀ ਸੀਗੀ ਜੀ 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 ਜੀ। ਜਾਂ ਤਾਂ ਇਹ ਚੁੱਪ ਕਰਕੇ ਬਹਿਣ ਭਾਈ ਵੀ ਤੁਸੀਂ ਲੋਕਾਂ ਨੇ ਛਿੱਤਰੇ ਖਾਣੇ ਆ, ਖਾਈ ਚੱਲੋ। ਧੰਨਵਾਦ ਜੀ ਬਹੁਤ ਬਹੁਤ, ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ। ਹੋਰ ਵੀ ਕਾਲਰ ਬੜੀ ਦੇਰ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹਰਕੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਦੇਵ ਸਿੰਘ ਪੋਗਲ ਜੀ, ਠੀਕ ਹੋ? ਹਾਂ ਜੀ, ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ, ਕੀ ਹਾਲ ਚਾਲ ਹੈ? ਇਕਦਮ ਵਧੀਆ, ਇਕਦਮ ਵਧੀਆ। ਕਿਵੇਂ ਰਿਹਾ ਤੁਹਾਡਾ ਵੀਕਐਂਡ? ਬਿਲਕੁਲ ਠੀਕ ਰਿਹਾ ਜੀ। ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ ਬਿਲਕੁਲ ਠੀਕ ਰਿਹਾ। ਲੰਡਨ ਗਏ ਸੀ ਆਪਾਂ, ਤੁਹਾਨੂੰ ਪਤਾ ਵੀ ਆਪਣੇ ਸਿੱਖ ਰਾਜ ਦੇ ਆਖਰੀ ਜਿਹੜੇ ਬਾਦਸ਼ਾਹ ਹੋਏ ਨੇ ਆਪਣੇ ਮਹਾਰਾਜਾ ਦਲੀਪ ਸਿੰਘ, ਉਹਨਾਂ ਦੀ 125ਵੀਂ ਬਰਸੀ ਮਨਾਈ ਗਈ ਸੀ ਥੈਟਫੋਰ ਦੇ ਵਿੱਚ। ਵੈਰੀ ਨਾਈਸ, ਵੈਰੀ ਨਾਈਸ। ਤੇ ਉੱਥੇ ਹਾਜ਼ਰੀਆਂ ਭਰੀਆਂ ਕੱਲ। ਚਲੋ ਬਹੁਤ ਵਧੀਆ, ਬਹੁਤ ਵਧੀਆ। ਆਪਣਾ ਰਾਹੁਲ ਗਾਂਧੀ ਵੀ ਆਏ ਹੋਏ ਸੀ ਸੁਣਿਆ ਮੈਂ, ਉਹਨਾਂ ਨੇ ਵੀ ਬਹੁਤ ਜ਼ਬਰਦਸਤ ਬਿਆਨ ਦਿੱਤਾ। ਹਾਂਜੀ, ਜ਼ਬਰਦਸਤ ਹੀ ਆ ਜੀ। ਦੇਖੋ ਬਿਆਨ ਦੇਖੋ, ਉਹ ਜਿਹੜੇ ਕਹਿੰਦੇ ਨੇ ਵੀ ਕਾਂਗਰਸ ਦਾ ਉਹਦੇ ਵਿੱਚ 84 ਦੇ ਵਿੱਚ ਕੋਈ ਹੱਥ ਨਹੀਂ ਹੈਗਾ, ਵੱਡਾ ਝੂਠ ਹੋਰ ਕੀ, ਕੁਫਰ ਹੋਰ ਕੀ ਹੋ ਸਕਦਾ। ਜੀ 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 ਜੀ, ਜਿਹੜੇ
ਜਿਹਨਾਂ ਦੇ ਪਾਪਾ ਨੇ ਅੱਗੇ ਇੱਕ ਵਾਰੀ ਬੜੀ ਦੇਰ ਦੀ ਗੱਲ ਵਾ, ਇਹਨੇ ਆਪਣੇ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਮੈਨੂੰ ਆਪਣਾ ਪਾਪਾ ਬੜਾ ਚੇਤੇ ਆਉਂਦਾ ਤੇ ਮੈਨੂੰ ਦਾਦੀ ਬੜੀ ਚੇਤੇ ਆਉਂਦੀ ਆ, ਤੇ ਮੈਂ ਅੱਜ ਫਰੰਟ ਰੂਮ ਦੇ ਵਿੱਚ ਬੈਠਾ, ਜੇ ਬੈਕ ਰੂਮ 'ਚ ਬੈਠਾ ਤਾਂ ਮੈਂ ਤੁਹਾਨੂੰ ਸ਼ੇਅਰ ਸੁਣਾਉਂਦਾ। ਤੇ ਉਦੋਂ ਜਦੋਂ ਇਹਨੇ ਇਹ ਬਿਆਨ ਦਿੱਤਾ ਸੀ ਤੇ ਮੈਂ ਦੋ ਤਿੰਨ ਸ਼ੇਅਰ ਲਿਖੇ ਸੀ ਇਹਦੇ ਰਾਹੁਲ ਗਾਂਧੀ ਵਾਸਤੇ ਵੀ ਤੂੰ ਇਹ ਸੋਚਿਆ ਕਰ ਵੀ ਜਿਹੜਾ ਤੈਨੂੰ ਬਾਪੂ ਪਾਪਾ ਬਹੁਤ ਚੇਤੇ ਆਉਂਦਾ, ਇਹਦੇ ਲਫ਼ਜ਼ ਨੇ, ਪਾਪਾ ਬਹੁਤ ਚੇਤੇ ਆਉਂਦਾ, ਮੈਨੂੰ ਦਾਦੀ ਬਹੁਤ ਚੇਤੇ ਆਉਂਦੀ ਆ, ਤੇ ਮੈਂ ਇਹਨੂੰ ਸੰਬੋਧਨ ਕਰਕੇ ਕਿਹਾ ਸੀਗਾ ਵੀ ਤੂੰ ਕਦੇ ਏਦਾਂ ਨੀ ਸੋਚਿਆ ਵੀ ਤੈਨੂੰ ਆਪਣਾ ਪਾਪਾ ਚੇਤੇ ਆਉਂਦਾ, ਪਰ ਤੇਰੇ ਪਾਪੇ ਨੇ ਜਿੰਨੇ ਪਾਪੇ ਮਗਾਏ ਮੁਕਾ ਛੱਡੇ ਨੇ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪਾਪੇ ਨੀ ਚੇਤੇ ਆਉਂਦੇ ਆਪਣੇ, ਤੈਨੂੰ ਦਾਦੀ ਚੇਤੇ ਆਉਂਦੀ ਆ, ਤੇਰੀ ਦਾਦੀ ਨੇ ਕਿੰਨੀ ਦਾਦੀ ਕਿੰਨੀਆਂ ਦਾਦੀਆਂ ਦੇ ਬੱਚੇ ਜਿਹੜੇ ਜਹਾਨ ਤੋਂ ਅੱਗੇ ਤੋਰ ਦਿੱਤੇ ਨੇ ਤੇ ਉਹਨਾਂ ਨੂੰ ਆਪਣੀ ਦਾਦੀ ਨੀ ਚੇਤੇ ਆਉਂਦੀ, ਉਹਨਾਂ ਨੂੰ ਆਪਣੀਆਂ ਦਾਦੀਆਂ ਨਹੀਂ ਚੇਤੇ ਆਉਂਦੀਆਂ ਹੋਣਗੀਆਂ। ਜੀ ਜੀ ਜੀ, ਤੇਰਾ ਪਾਪਾ ਤੇ ਤੇਰੇ ਦਾਦੀ ਕੋਲ ਸਪੈਸ਼ਲ ਖਾਸ ਸੀਗੇ ਦੁਨੀਆਂ ਵਿੱਚ। ਜੀ 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 ਜੀ, ਇਹੋ ਜਿਹੇ ਜਿਹੜੇ ਬਿਆਨ ਦੇਣੇ ਆ ਇਹ ਬਹੁਤ ਮੰਦਭਾਗੇ ਹਾਸੋ ਹੀਣੀ ਵਾਲੀ ਗੱਲ ਵਾ ਇਹ। ਜੀ 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 ਜੀ, ਤੇ ਹਰਕੀਰਤ ਸਿੰਘ ਜਿਹੜੀ ਆਪਣੇ ਗੱਲ ਚੱਲ ਰਹੀ ਹੈ ਨਾ ਅੱਜ ਆਪਣੇ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਹੈ, ਦੇਖੋ ਅੱਗੇ ਵੀ ਮੈਂ ਇੱਕ ਦਿਨ ਕਿਹਾ ਵੀ ਜਿਹੜੀ ਰਿਪੋਰਟ ਇਸ ਤਰ੍ਹਾਂ ਹੋਵੇ ਨਾ ਕਮਿਸ਼ਨ ਦੀ, ਉਹ ਦੋ ਜਗ੍ਹਾ ਤੋਂ ਲੀਕ ਹੋ ਸਕਦੀ, ਜਾਂ ਕਮਿਸ਼ਨਰ ਉਹਨਾਂ ਕੋਲੋਂ ਤੇ ਜਾਂ ਫਿਰ ਸਰਕਾਰ ਕੋਲੋਂ ਕੈਪਟਨ ਸਾਹਿਬ ਕੋਲੋਂ। ਜੀ ਜੀ ਜੀ, ਜੇ ਇਹ ਗੱਲ ਵਾ ਜੇ ਅੱਜ ਇਹ ਜਿਹੜੇ ਅਕਾਲੀ ਦਲ ਵਾਲੇ ਅੱਜ ਇਹ ਜਿਹੜੇ ਪ੍ਰੋਟੈਸਟ ਕਰਦੇ ਨੇ, ਪਹਿਲੀ ਗੱਲ ਤਾਂ ਇਹ ਆ ਵੀ ਇਹ ਹੁਣ ਪੰਜਾਬੀ ਪਾਰਟੀ ਅਕਾਲੀ ਦਲ ਤੇ ਰਿਹਾ ਹੀ ਨਹੀਂ ਹੈ, 1996 'ਚ ਪੰਜਾਬੀ ਪਾਰਟੀ ਨਹੀਂ ਬਣੀ ਇਹ, ਜਦੋਂ ਇਹਨੇ ਵੋਟਾਂ ਲੈਣੀਆਂ ਹੁੰਦੀਆਂ, ਜਦੋਂ ਇਹਨਾਂ ਨੇ ਆਪਣਾ ਕੰਮ ਕਰਨਾ, ਆਪਣਾ ਉੱਲੂ ਸਿੱਧਾ ਕਰਨਾ, ਤਾਂ ਅਕਾਲੀ ਦਲ ਕਹਿ ਦਿੰਦੇ, ਅਕਾਲੀ ਦਲ ਪੰਥਕ ਦਲ ਤੇ ਨਾ ਇਹਨੀ ਤੇ ਪੰਜਾਬੀ ਪਾਰਟੀ 1996 'ਚ ਬਣੀ, ਜੇ ਮੈਂ ਗਲਤ ਨਾ ਹੋਵਾਂ ਤੇ। ਜੀ 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 ਜੀ, ਜਿਹੜੇ ਇਹਨਾਂ ਨੇ 10 ਸਾਲਾਂ 'ਚ ਕੰਮ ਕੀਤੇ, ਮੈਂ ਤੇ ਕਹਿੰਦਾ, ਮੈਂ ਨੀ ਕਹਿੰਦਾ, ਮੀਡੀਆ ਵਾਲੇ ਵੀ ਕਹਿ ਰਹੇ ਨੇ, ਆਮ ਡਾਇਸਪੋਰਾ ਵੀ ਦੁਨੀਆਂ 'ਚ ਕਹਿ ਰਿਹਾ ਵੀ ਇਹਨਾਂ ਨੇ ਅਕਾਲੀ ਸ਼ਬਦ ਨੂੰ ਬਦਨਾਮ ਕਰਕੇ ਰੱਖ ਦਿੱਤਾ। ਜੀ 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 ਜੀ, ਕਿਉਂਕਿ ਅਕਾਲੀਆਂ ਵਾਲੇ ਕੰਮ ਤੇ ਹੋਏ ਨੀ, ਇਹਨਾਂ ਦੇ ਰਾਜ ਵਿੱਚ ਅਕਾਲੀਆਂ ਵਾਲੇ ਕੰਮ ਤੇ ਹੋਏ ਨੀ। ਤੁਸੀਂ ਵੀ ਜਿਹੜਾ ਸਵਾਲ ਉਠਾਇਆ ਸੀ ਉਹਨਾਂ ਦੇ ਨਾਲ, ਬਹੁਤ ਵਧੀਆ ਤੁਹਾਡਾ ਸਵਾਲ ਸੀ ਵੀ ਜੇ ਇਹ ਬਿਲਕੁਲ ਠੀਕ ਨੇ, ਜੇ ਇਹ ਦੁੱਧ ਧੋਤੇ ਨੇ, ਸੱਚੇ ਸੁੱਚੇ ਨੇ, ਵਾਕਿਆ ਹੀ ਇਹ ਪੰਥ ਦੇ ਕੌਮ ਦੇ ਹਿੱਤੂ ਨੇ, ਤਾਂ ਫਿਰ ਇਹਨਾਂ ਦਾ ਜਿਹੜਾ ਬਾਹਰ ਡਾਇਸਪੋਰਾ, ਜਿਹੜੇ ਸਿੱਖ ਡਾਇਸਪੋਰਾ ਬੈਠਾ, ਇਹਨਾਂ ਦੇ ਖਿਲਾਫ਼ ਕਿਉਂ ਖੜ ਜਾਂਦੇ? ਤੁਹਾਡਾ ਸਵਾਲ ਬੜਾ ਬਹੁਤ ਬਹੁਤ ਜਾਇਜ਼ ਸੀਗਾ, ਬਹੁਤ ਵੈਲਿਡ ਸੀ ਤੁਹਾਡਾ ਸਵਾਲ। ਜੀ 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 ਜੀ, ਇਹਨਾਂ ਨੂੰ ਸੋਚਣਾ ਚਾਹੀਦਾ। ਦੇਖੋ ਪਹਿਲਾਂ ਅਮਰੀਕਾ ਦੇ ਵਿੱਚ ਪਹਿਲਾਂ ਇਹਨਾਂ ਨੇ ਇੱਕ ਵਾਰੀ ਵਾਪਸ ਸੱਚਾ ਸਿੰਘ ਮੇਰਾ ਘਰ ਲੰਘਾ ਗਿਆ ਤੇ ਹੋਰ ਸਿੱਖ ਗਏ ਸੀ, ਤੇ ਫਿਰ ਆਪਣੇ ਮਲੂਕਾ ਸਾਹਿਬ ਗਏ ਸੀ, ਤੇ ਹੁਣ ਮਨਜੀਤ ਸਿੰਘ ਨੂੰ ਭੇਜਿਆ। ਇਹ ਭੇਜਦੇ ਆ ਆਪਣੇ ਜਾਣ ਕੇ ਬਾਹਰ ਦੇਖਣ ਵਾਸਤੇ ਵੀ ਦੇਖੋ ਵੀ ਸਿੱਖਾਂ ਦੀ ਨਬਜ਼ ਟੋ ਕੇ ਦੇਖੋ ਉਹ ਕੀ ਕਹਿੰਦੇ ਨੇ ਸਾਡੇ ਬਾਰੇ, ਤੇ ਉਹਨਾਂ ਦਾ ਨਤੀਜਾ ਇੱਕੋ ਹੀ ਨਿਕਲਦਾ ਜਿਹੜਾ ਹੁਣ ਨਿਕਲਿਆ। ਜੀ 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 ਜੀ, ਜਿੰਨੀ ਵਾਰੀ ਵੀ ਅਕਾਲੀ ਦਲ ਦੇ ਬੰਦੇ ਬਾਹਰ ਗਏ ਨੇ ਤੁਹਾਨੂੰ ਵੀ ਪਤਾ ਆਪਣੇ ਹਰਕੀਰ ਸਿੰਘ, ਨਤੀਜਾ ਉਹ ਸਾਰਿਆਂ ਦੇ ਇੱਕੋ ਹੀ ਨਿਕਲਿਆ ਨਾ। ਜੀ ਜੀ, ਅੱਜ ਅੱਜ ਜੁੱਤੀਆਂ ਵਾਲਾ ਹੀ। ਜੀ 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 ਜੀ, ਤੇ ਇਹਨਾਂ ਨੂੰ ਸੋਚਣਾ ਨੀ ਚਾਹੀਦਾ ਵੀ ਅਸੀਂ ਕਿੱਥੇ ਗਲਤ ਵਾਂ। ਜੀ ਜੀ, ਸਵਾਏ ਇਸ ਗੱਲ ਦੇ ਕਿ ਉੱਥੇ 5 ਰੁਪਈਏ ਦੀ ਲੈ ਕੇ ਜਿਹੜੀ ਉਹ ਰਿਪੋਰਟ ਲੀਕ ਹੋਈ ਆ, ਉਹ ਖੜੇ ਹੋ ਗਏ ਨੇ, ਪ੍ਰੋਟੈਸਟ ਕਰਦੇ ਨੇ, ਤੇ ਪਹਿਲਾਂ ਇਹਨੂੰ ਇਹ ਕਿਉਂ ਨੀ ਸੋਚਦੇ ਕਿ ਜੇ ਅਸੀਂ ਚੰਗੇ ਕੰਮ ਕੀਤੇ ਹੁੰਦੇ ਸਾਨੂੰ ਤੀਸਰੇ ਨੰਬਰ ਤੇ ਲੋਕਾਂ ਨੇ ਕਿਉਂ ਧੱਕ ਦਿੱਤਾ? ਜੀ 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 ਜੀ, ਸਹੀ ਗੱਲ ਹੈ ਹੈ ਨਾ ਜੀ। ਦੇਖੋ ਇਹ ਨਾ ਆਪਣੇ ਜਿਹੜੀ ਜਿਹਨੂੰ ਇੰਟਰੋਸਪੈਕਟਿਵ ਕਹਿੰਦੇ ਆ ਨਾ ਇੰਗਲਿਸ਼ ਦੇ ਵਿੱਚ, ਜਿੰਨਾ ਚਿਰ ਸਵੈ ਪਰਚੋਲ ਨੀ ਕੋਈ ਕਰਦਾ ਹਰਕੀਰਤ ਸਿੰਘ, ਉਹਨਾਂ ਚੱਕਰ ਕਦੇ ਕੋਈ ਚਾਹੇ ਉਹ ਪਰਿਵਾਰ ਹੋਵੇ ਚਾਹੇ ਸਰਕਾਰ ਹੋਵੇ, ਉਹਦੇ ਵਿੱਚ ਕਦੇ ਸੁਧਾਰ ਨਹੀਂ ਆ ਸਕਦਾ। ਉਹ ਸੋਚਣ ਦੀ ਲੋੜ ਹੈਗੀ ਹੈ ਆਪਣੇ। ਜੀ ਜੀ ਜੀ, ਮੈਂ ਪੋਗਲ ਜੀ, ਹੋਰ ਵੀ ਮੇਰੇ ਨਾਲ ਕਾਲਰਸ ਨੇ, ਉਹਨਾਂ ਦੀ ਵੀ ਆਪਾਂ ਕਾਲ ਚੱਕ ਲਈਏ। ਜੀ ਬਿਲਕੁਲ ਠੀਕ ਆ। ਥੈਂਕ ਯੂ ਵੈਰੀ ਮੱਚ ਪੋਗਲ ਜੀ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਹੋਰ ਵੀ ਕਾਲਰਸ ਨੇ, ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲੈ ਲੈਂਦੇ ਹਾਂ, ਲੇਕਿਨ ਇੱਥੇ ਮੈਨੂੰ ਸਮਾਂ ਜਿਹੜਾ ਮੈਂ ਵੇਖ ਪਾ ਰਿਹਾ, ਕਾਫੀ ਸਾਰੀ ਕਾਲਸ ਨੇ ਇਸ ਟਾਈਮ ਕਿਊ ਦੇ ਵਿੱਚ। ਤੁਸੀਂ ਆਪਣੇ ਫੋਨ ਕਾਲ ਨੂੰ ਕੱਟਿਓ ਨਾ, ਮੈਂ ਕਿਊ ਦੇ ਵਿੱਚ ਪਾ ਰਿਹਾ। ਸਮਾਂ ਮੈਨੂੰ ਇੱਥੇ ਇਜਾਜ਼ਤ ਦੇ ਰਿਹਾ ਇੱਕ ਨਿੱਕੇ ਜਿਹੇ ਵਕਫੇ ਦੇ ਲਈ। ਵਕਫੇ ਤੋਂ ਬਾਅਦ ਲਵਾਂਗਾ ਤੁਹਾਡੇ ਕਾਲ, ਔਰ ਜ਼ਰੂਰ ਐਨਾਲਿਸਿਸ ਆਪਾਂ ਕਰਾਂਗੇ ਪੰਜਾਬ ਵਿਧਾਨ ਸਭਾ ਇਜਲਾਸ ਤੋਂ ਲੈ ਕੇ।